ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਅਤੇ ਲਓ ਬਾਈ 2:30 ਵੱਜ ਗਏ, 2:30 ਦਾ ਟਾਈਮ ਹੋ ਗਿਆ, ਬੱਦਲ ਆਇਆ ਬਾਈ ਬਹੁਤ ਚੜ੍ਹ ਕੇ, ਆਪਾਂ ਆਏ ਹਾਂ ਬਾਈ ਕੱਖ ਵੱਢਣ। ਅਤੇ ਬਾਕੀ ਇੱਧਰ ਆਉ ਤੁਹਾਨੂੰ ਮੋਟਰ ਚੱਲਦੀ ਤੀ, ਉਹਦਾ ਨੱਕਾ ਦੇਖ ਕੇ ਬਾਕੀ ਪਿੰਡ ਨੂੰ ਛੱਡੀਏ ਪਾਣੀ, ਫਿਰ ਛੱਡਣ ਦੇ ਪਹਿਲਾਂ ਹੀ ਲਾਈਟ ਭੱਜ ਗਈ, ਬੱਦਲ ਕਿਤੇ ਹੁੰਦਾ ਲਾਈਟ ਵੇਲਾ ਭੱਜ ਜਾਂਦੀ ਹੈ। ਬਾਕੀ ਬੱਦਲ ਆਇਆ ਬਹੁਤ ਚੜ੍ਹ ਕੇ, ਦੇਖਦੇ ਹਾਂ ਕਿਆ ਕਰਦਾ ਵੀ, ਇੱਕ ਨਹੀਂ ਸਾਰਦਾ ਇਹ ਰੌਲਾ ਪਾ ਕੇ ਹੀ ਸਾਰਦਾ, ਹਜੇ ਪੂਰਾ ਘੋਰ ਲੱਗਿਆ ਹੋਇਆ ਪਰ ਲੱਗਦਾ ਨਹੀਂ ਹੈ ਵੀ ਪਊਗਾ। ਆਪਾਂ ਵੱਢੀਏ ਕੱਖ, ਰੇੜਾ ਆਉਂਦਾ ਪਿੱਛੇ, ਮੱਕੀ ਦੀ ਕਾਰਵਾਈ ਤੁਹਾਨੂੰ ਬਾਅਦ 'ਚ ਵਿਖਾਉਂਦੇ ਬਾਈ। ਲਓ ਬਾਈ ਵੱਢ ਲਏ ਕੱਖ, ਬਾਕੀ ਆਹ ਭਰ ਗਿਆ ਉਹਦੇ ਵਾਲਾ ਸਾਰਾ ਟੱਕ, ਪਾਣੀ ਆ ਗਿਆ ਇੱਧਰ, ਅਤੇ ਬਾਕੀ ਆਹ ਰਹਿ ਗਿਆ ਇੱਥੇ ਜਿਹੜਾ ਇਹਦੇ ਲਈ ਆਪਣਾ ਟੱਕ, ਇਹਨੂੰ ਇੱਥੇ ਤੋਂ ਓਵਰਫਲੋ ਹੋ ਕੇ ਚੱਲਦਾ ਹੁੰਦਾ। ਬਸ ਚੱਲਣ ਦੀ ਤਿਆਰੀ, ਜੇ ਤਾਂ ਉਹ ਤਾਂ ਪਹਿਲਾਂ ਹੀ ਲਾਈਟ ਭੱਜ ਗਈ, ਹੁਣ ਦੇਖਦੇ ਹਾਂ। 11:00 ਵਜੇ ਆਈ ਤੀ, ਅਜੇ 3:30 ਦਾ ਟਾਈਮ ਹੋਇਆ 1:15 ਦਾ, ਭੱਜ ਗਈ 4 ਘੰਟੇ ਹੀ ਆਈ ਆ ਜੀ, 4 ਘੰਟੇ ਦੇਖਦੇ ਹਾਂ ਕਰ ਦਿੰਦੇ ਹਾਂ, ਉਹ ਇੱਕ ਨਹੀਂ ਸਾਰ ਦੇਣਾ ਮੈਂ। ਚਲੋ ਬਾਕੀ ਚੱਲਦੇ ਹਾਂ ਮੋਟਰ ਨੂੰ, ਹੁਣ ਜਿਹੜਾ ਗਿਆ ਆਪਣਾ ਪਿੰਦਰ ਨੂੰ। ਸਤਿ ਸ਼੍ਰੀ ਅਕਾਲ ਜੀ, ਮਾਤੜਾ ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੈ? ਪਹੁੰਚੇ ਨਹੀਂ ਮੈਸੇਜ, ਮੈਸੇਜ ਆਉਣਾ ਚੱਕਰ ਪਾਇਆ ਵਾ। ਹਾਂ ਹੁਣ ਇਹ ਪਿੰਦਰ ਕਹਿੰਦਾ ਸਾਰਿਆਂ ਨੂੰ ਮੇਰਾ ਠਾਹ ਠਾਕ ਠੀਕ ਰਹੇ ਆ, ਅਸੀਂ ਵੀ ਬੈਠੇ ਤੇ। ਹਾਂ ਹੁਣ ਤੂੰ ਕਹਿੰਦਾ ਮੈਨੂੰ ਵੀ ਆ ਰਿਹਾ ਮੈਸੇਜ ਦੇ ਆਇਆ ਵੀ ਮੇਰਾ ਲਿਖ ਕੇ ਚੱਲ, ਹੁਣ ਮੈਨੂੰ ਆਏ ਲਿਖ ਕੇ ਤਾਂ ਭੇਜਣ ਮਾੜਾ ਮੋਟਾ ਵੀ ਭਾਈ ਤੈਂ ਜਾਣਾ ਨਹੀਂ ਹੈਗਾ ਤਾਂ ਜਾਣਾ। ਮੇਰਾ ਬਾਈ ਰਿਜੈਕਟ ਹੋ ਗਿਆ, ਤੇਰਾ ਤਾਂ ਚੱਲ ਰਿਜੈਕਟ ਦੱਸਤਾ ਉਹਨਾਂ ਨੇ। ਹਾਂ ਵੀ ਨੋਟ ਲਿਖ ਕੇ ਆਵੇ, ਪੁਸ਼ਟੀ ਨਹੀਂ ਹੋਈ ਭਾਈ, ਦੁਬਾਰਾ ਤੁਸੀਂ ਲਾ ਸਕਦੇ ਹੋ, ਦੁਬਾਰਾ ਅਪਲਾਈ ਕਰੂ ਕਹਿੰਦਾ ਆਪਣਾ। ਸਾਰੇ ਪੁੱਛ ਰਹੇ ਵੀ 4 ਤਰੀਕ ਦਾ ਲਾ ਸਕਦੇ ਆ, ਉਹ ਇਹ ਪੁੱਛ ਰਹੇ ਨੇ। ਕਰਿਆ ਤਾਂ ਉਹ ਨੰਬਰ ਦਿੱਤਾ ਤਾਂ ਮੈਂ ਕਹਿੰਦਾ ਇੱਕ। ਅੱਛਾ ਮੈਂ ਕਹਿੰਦਾ ਆਹ ਡੇਟ ਨਹੀਂ ਮਿਲਣੀ ਹੁਣ। ਅੱਛਾ ਹਾਂ, ਮੈਂ ਕੱਲਾ ਕਿੱਥੇ ਆਵਾਂ ਯਾਰ। ਚੱਲ ਕੋਈ ਨਹੀਂ ਕੋਈ ਨਹੀਂ, ਕਹਾਂ ਚੱਲਾਂਗੇ ਆਪਾਂ ਵੀ, ਮੈਨੂੰ ਤਾਂ ਮੈਸੇਜ ਹੀ ਨਹੀਂ ਆਇਆ, ਮੈਂ ਹੁਣ ਮੈਕ ਨੂੰ ਫੋਨ ਕਰਿਆ ਤਾਂ। ਅੱਛਾ ਕਿਹਾ ਸਾਨੂੰ ਐਪ ਜਿਹਾ ਨਾ ਇਹਦੇ ਵਿੱਚ ਤੋੜਨਾ ਨਹੀਂ ਆਉਂਦਾ ਹੈਗਾ, ਉਹਨਾਂ ਲਿੰਕ ਜਿਹੜਾ ਭੇਜਿਆ ਮੈਂ ਕਹਿੰਦਾ ਵੀ ਆਹ ਭਰ ਕੇ ਦੇਖ ਲਓ। ਹਾਂ ਚੱਲ ਮੈਂ ਗੱਗੇ ਨੂੰ ਕਰਿਆ ਇਹਦਾ ਫੋਨ, ਉਹ ਕਹਿੰਦਾ ਮੈਂ ਗੱਡੀ ਚਲਾਉਂਦਾ ਹਜੇ। ਅੱਛਾ ਵੀ ਮੈਂ ਕਹਿੰਦਾ ਜੇ ਗੱਡੀ ਖੜਾਓ ਕਿਤੇ, ਕਹਿੰਦਾ ਫਿਰ ਤੇਰਾ ਦੇਖ ਕੇ ਦੱਸ ਦਵਾਂ। ਅੱਛਾ ਵੀ ਚੱਲ ਜੇ ਨਾ ਆਏ ਫਿਰ ਟੈਨਸ਼ਨ ਨਹੀਂ ਲੈਣੀ ਤਾਂ, ਵੀ ਆਪਣਾ ਉਹੀ 3 ਕਿਲੋਮੀਟਰ ਦਾ ਆਪਾਂ ਉੱਥੇ ਫੌਜੀਆਂ ਕੋਲ ਰਹੋਗੇ, ਨਾਲੇ ਗਾਹਾਂ ਨੂੰ ਫਿਰ ਆਪਣੀ ਜਾਣ ਪਛਾਣ ਬਣ ਜੂਗੀ ਫੌਜੀਆਂ ਨਾਲ। ਬਿਲਕੁਲ ਇਹ ਵੀ ਸੀਨ ਆ, ਹੁਣ ਤੁਹਾਡੇ ਨਾਲ ਵਿੱਕੀ ਗਿਆ ਤਾਂ, ਵਿੱਕੀ ਦਾ ਆ ਗਿਆ ਸਾਡੇ ਨਾਲ, ਆ ਗਿਆ ਵਿੱਕੀ ਦਾ ਆ ਗਿਆ, ਹਾਂ ਮਹਿਕ ਦਾ ਆ ਗਿਆ, ਮਹਿਕ ਦਾ ਆ ਗਿਆ, ਅਮਨੇ ਦਾ ਆ ਗਿਆ, ਹਾਂ ਸਰਬਜੀਤ ਦਾ ਆ ਗਿਆ, ਮੇਰਾ ਆਇਆ ਨਹੀਂ ਹੈਗਾ ਇਹਦਾ ਮਤਲਬ, ਉਹਨਾਂ ਨੇ ਲਾਇਆ ਤਾਂ ਸਾਈਡ ਪਰ ਵੀ 2 ਵਾਰ ਜਾਇਆ ਇਹਨੂੰ ਹਲੇ ਬਿੰਦਰ ਦਾ ਆ ਗਿਆ ਬਾਈ, ਬਿੰਦਰ ਦਾ ਆ ਗਿਆ, ਚੱਲ ਆਉਣਾ ਵੀ ਚਾਹੀਦਾ ਹੈਗੇ ਆ, ਬਿੰਦਰ ਨਹੀਂ ਆਉਣਗੇ ਬਿੰਦਰ ਦਰਸ਼ਨ ਕਰ ਲੈਣੇ ਕਰਾ ਦੇਣੇ ਆ। ਅੱਛਾ ਪੈਸੇ ਤੈਨੂੰ ਜਿਹੜੇ ਦੂਰਬੀਨ ਆਏ ਕਰਾਉਣੇ ਆ, ਸਾਥੇ ਪਹਿਲਾਂ ਹੋਣੇ, ਜਿੱਦਣ ਆਪਾਂ ਜਾਣਾ ਉਦਣ ਕਰਾ ਦੇਣੇ। ਅੱਛਾ ਉਦਣ ਸ਼ਾਮ ਨੂੰ ਕਰਾ ਦੇਣੇ ਆ।
ਵੀ ਸਵੇਰੇ ਸਾਡੇ ਗੈਸ ਨਹੀਂ ਬਾ ਉੱਥੇ ਫਿਰ ਉਹਨਾਂ ਦੇ ਵੀ ਇੰਨੀ ਤਾਂ ਗਾਂ ਰੌਣਕ ਨਹੀਂ ਹੈਗੀ ਜਿੰਨੀ ਉੱਥੇ ਰੌਣਕ ਲੱਗੀ ਰਹਿੰਦੀ ਹੈ। ਉਹਨਾਂ ਨੇ ਬੰਨ ਪਰ ਲਾਈ ਪਿਆ ਦੂਰਬੀਨ ਉੱਪਰ ਛੱਤ ਪਾਈ ਬੰਨ ਪਰ ਅੱਡੇ ਬਣੇ ਹੁੰਦੇ ਨਾ ਟੀਨਾ ਪਾਇਆ ਉਹਦੇ ਥੱਲੇ ਦੂਰਬੀਨ ਰੱਖੀ ਵੀ ਹੈ। ਅੱਛਾ ਬਸ ਉੱਥੇ ਆਏ ਬੰਦੇ ਜਾਂਦੇ ਆ ਉਹ ਲਾਈਨ ਲੱਗੀ ਵੀ ਇਕੱਠੇ ਬੰਦੇ ਆਪਣਾ ਦੇਖੀਏ ਦੂਰਬੀਨ ਦੇ ਸਾਰਾ ਫਿਰ ਚਾਰੇ ਪਾਸੇ ਆਏ ਨੇੜੇ ਹੀ ਜਾਂਦੇ ਗੁਰਦੁਆਰਾ ਉੱਥੇ ਦੇ ਗੁਰਦੁਆਰਾ ਸਾਹਿਬ ਹੈਗਾ ਜੀ ਕਿਹੜਾ ਮਨਸੂਬਾ ਹੈ ਦੂਰਬੀਨ ਖਿੱਚ ਕੇ ਆਏ ਨੇੜੇ ਜਾਓ ਜਿਕਣਾ ਆਪਣੇ ਪਿੰਡ ਵਾਲਾ ਜਮਾ ਹੀ ਕੋਲ ਕਰ ਲੈਂਦੀ ਉਦੋਂ ਜਿਕਣਾ ਆਪਣੇ ਪਿੰਡ ਵਾਲਾ ਗੁਰਦੁਆਰਾ ਦਾ 2 ਕਿਲੇ ਬਰੇ ਇਹਨਾਂ ਇਕਣਾ ਕਰ ਲੈਂਦੀ ਹੈ। ਅੱਛਾ ਵੀ ਉਹ ਉੱਥੇ ਦਾ ਫਿਰ ਬੰਦੇ ਬੁੰਦੇ ਸਾਰੇ ਤੁਰਦੇ ਫਿਰਦੇ ਵੀ ਦਿਖਦੇ ਆ। ਅੱਛਾ ਹਾਂ ਜਿਹੜੇ ਬਾਹਰ ਰਹਿੰਦੇ ਉਹ ਉੱਥੇ ਫਿਰ ਦੇਖੀ ਜਾਂਦੇ ਆ ਉੱਥੇ ਮੇਲਾ ਲੱਗਿਆ ਹੁਣ ਉੱਥੇ ਵੀ ਅੱਛਾ ਜਿਹੜਾ ਕੋਰੀਡੋਰ ਪਰ ਤੇ ਕਹਿੰਦੇ ਆਪਾਂ ਦੇਖਣਾ ਉੱਥੇ ਵੀ ਮੇਲਾ ਲੱਗਿਆ ਵਾ ਉਹ ਵੀ ਬਹੁਤ ਦੇਖਣ ਵਾਲੇ ਯਾਰ ਹੁਣ ਹਰੇਕ ਦਾ ਪਾਸਪੋਰਟ ਨਹੀਂ ਹੈਗਾ ਹੁਣ ਜੇ ਕਹਿੰਦਾ ਆਪਣੀ ਟਰਾਲੀ ਚੱਲੀ ਜਾਂ ਆਪਾਂ 17 ਬੰਦੇ ਚੱਲੇ ਜੇ ਕਿਹੜਾ ਹੁਣ ਮੈਨੂੰ ਬਾਈ ਕਹਿੰਦਾ ਤਾ ਜਿਹਦੇ ਆਪਾਂ ਨਾਲ ਰਾਤ ਰਹਿਣਾ ਉਹ ਕਹਿੰਦਾ ਵੀ ਤੁਸੀਂ ਹੋਰ ਗੁਰਦੁਆਰਿਆਂ ਦੇ ਵੀ ਦਰਸ਼ਨ ਕਰਨੇ ਵੀ ਚੱਲ ਹੋਰ ਕਹਿੰਦਾ ਬੀਬੀਆਂ ਵੀ ਲੱਦ ਲਿਆਓ ਵਿੱਚ ਸਿਆਣੀਆਂ ਜਿਹੜੀਆਂ ਕਈ ਨਹੀਂ ਘੁੰਮਣ ਵਾਲੀਆਂ ਟਰਾਲੀ ਬਿਠਾ ਲਓ ਬੰਦੇ ਹੋਰ ਬਿਠਾ ਲਿਆਓ ਵੀ ਹੋਰ ਗੁਰਦੁਆਰਿਆਂ ਨੂੰ ਦਿਖਾਉਣਗੇ ਤੁਸੀਂ ਇਹਦਾ ਜਿਹੜਾ ਹਰਿਮੰਦਰ ਸਾਹਿਬ ਤਰਨ ਤਾਰਨ ਗੋਬਿੰਦਵਾਲ ਇਹ ਤਾਂ ਦੇਖ ਲਿਓ ਵੀ ਜਦ ਉਹ ਪਾਕਿਸਤਾਨ ਨਹੀਂ ਜਾ ਸਕਦੇ ਜਿਹੜੇ ਵੀ ਜਿਹਨਾਂ ਨੇ ਗਾਂ ਜਾਣਾ ਜਿੰਨਾਂ ਨੂੰ ਉਹਨਾਂ ਨੂੰ ਉੱਧਰ ਜਾਣਾ ਤੁਸੀਂ ਸਾਡੇ ਲਾਗਪਾਤ ਗੁਰਦੁਆਰੇ ਹੋਰ ਬੰਦ ਸਾਹਿਬ 2-3 ਗੁਰਦੁਆਰੇ ਹੋਰ ਦੱਸੇ ਮੈਂ ਭੁੱਲ ਗਿਆ ਅੱਛਾ ਵੀ ਤੁਸੀਂ ਉਹਨਾਂ ਦੇ ਦਰਸ਼ਨ ਕਰ ਲਿਓ ਉਹਨਾਂ ਨੇ ਮਾਂ ਚੱਲ ਠੀਕ ਆ ਭਾਈ ਦੇਖੋਗੇ ਪਰ ਹੁਣ ਕੱਲ੍ਹ ਸਾਡਾ ਪਹਿਲਾਂ ਹੀ ਮੁੱਕ ਹੈ ਗੁੜ ਸਸਤੇ ਦਾ ਆਲੇ ਪਈ ਜਾਂਦਾ ਆਲੇ ਦਾਲੇ ਹੁਣ ਬਰੰਡੇ ਥੋੜਾ ਚੜਿਆ ਪਤਾ ਬਰੰਡੇ ਕੱਲ ਹੀ ਪਹਿਲੇ ਅੱਜ ਹੀ ਪਹਿਲੇ ਆ ਆਪਣੇ ਪਿਆ ਨੀ ਚੱਲ ਗਰਮੀ ਹੁਣ ਆਪਣੇ ਦੇਖ ਫਿਰ ਕਿੰਨੀ ਹੋਗੀ ਜਿੱਥੇ ਪੈ ਲਿਆ ਉੱਥੇ ਜਾ ਕੇ ਦੇਖੀ ਦੁੱਗਣੀ ਗਰਮੀ ਇਹ ਤਾਂ ਜਾ ਤਾਂ ਪਵੇ ਚੱਜ ਨਾਲ ਪੈ ਜਾਵੇ 2 ਦਿਨ ਰਿਸਮਾਂ ਪਵੇ ਰਿਸਮਾਂ ਪਵੇ ਪਵੇ ਸਾਰੇ ਤਾਂ ਹੋਣਾ ਇਹਨੇ ਉਦਣ ਹੀ ਪੈਣਾ ਜਿੱਦਣ ਆਪਾਂ ਜਾਣਾ ਮੈਂ ਦੱਸਦਾ ਬਾਕੀ ਬਾਈ ਸਾਡੇ ਸਾਰਿਆਂ ਦੀ ਅੱਜ ਹੁੰਦਾ ਨੀ ਆਇਆ ਮੈਸੇਜ ਹਾਲੇ ਮੈਨੂੰ ਮੈਸੇਜ ਨਹੀਂ ਆਇਆ ਹੈਗਾ ਸਾਡੇ ਬਾਈ 7-8 ਕੇ ਜਣਿਆਂ ਨੂੰ ਕੱਲ ਤੱਕ ਆ ਜੂਗੇ ਇਨਕੁਆਇਰੀ ਵੀ ਤਾਂ ਪਹਿਲਾਂ 1 ਦਿਨ ਪਹਿਲਾਂ ਆ ਗਈ 5-6 ਜਣਿਆਂ ਦੀ ਬਾਕੀ ਦੂਜੇ ਦਿਨ ਆਈ ਹੈ ਅੱਗੇ ਨਾਲ ਤਾਂ ਸਿਸਟਮ ਹੈ ਨਾ ਹੁਣ ਬੋਲੀਏ ਸਿੱਟੀ ਹੁਣ ਨਹੀਂ ਪਤਾ ਕਿੱਧਰ ਆਈ ਹੈ ਤੇਰਾ ਅੱਗੇ ਜਦ ਅਸੀਂ ਫਾਰਮ ਭਰਿਆ ਤਾ ਉਹਦੇ ਹਫਤਾ ਬਾਅਦ ਇਨਕੁਆਇਰੀ ਆਈ ਸੀ ਅੱਛਾ ਹਫਤਾ ਬਾਅਦ ਇਨਕੁਆਇਰੀ ਆਈ ਸੀ ਉਹਦੇ ਬਾਅਦ ਹਫਤੇ ਬਾਅਦ ਇਹ ਮੈਸੇਜ ਆਏ ਤੇ 3-4 ਦਿਨ ਪਹਿਲਾਂ ਸਾਡੇ ਭਾਵੀ ਲਿੰਕ ਜਾ ਭੇਜਿਆ ਕੁਝ ਗੈਸ ਨੀ ਲੱਗਿਆ ਫਿਰ ਮੈਂ ਜੱਜ ਅਸਲੀ ਭੇਜਿਆ ਗੱਗੇ ਨੂੰ ਮਹਾਂ ਵੀ ਕਰ ਉਹਨਾਂ ਹੁਣ ਮੈਨੂੰ ਭੇਜਤਾ ਲਿੰਕ ਜਾ ਕਹਿੰਦਾ ਮਾਸਰ ਤੇਰਾ ਹੋਇਆ ਵਾ ਮੈਸੇਜ ਜਿਕਣਾ ਹੁਣ ਤੇਰਾ ਲਿੰਕ ਭੇਜਿਆ ਉਹਨੇ ਉਕਣੇ ਮੈਨੂੰ ਮੈਕ ਨੇ ਭੇਜਿਆ ਮੇਰੇ ਨੋਟ ਉਹ ਆਉਂਦਾ ਲਿਖ ਕੇ ਤੇਰਾ ਤੈਨੂੰ ਤਾਂ ਮੈਸੇਜ ਆ ਗਿਆ ਨਾ ਹਾਂ ਉਹ ਵੀ ਮੈਸੇਜ ਆ ਗਿਆ ਮੈਨੂੰ ਮੈਸੇਜ ਆ ਗਿਆ ਉਹ ਤਾਂ ਚਲ ਆਪਾਂ ਨੂੰ ਗੈਸ ਹੋ ਗਿਆ ਵੀ ਹੁਣ ਸਾਡਾ ਖਤਮ ਹੈ ਵੀ ਉੱਥੇ ਜਾ ਨਹੀਂ ਜਾਂਦੇ ਨਹੀਂ ਜਾਂਦੇ ਹੁਣ ਮੇਰਾ ਤਾਂ ਹਲੇ ਮੈਨੂੰ ਆਇਆ ਵੀ ਹਾਂ
ਤੂੰ ਜਿਹੜੀ ਸਾਡੇ ਹੱਥ ਚ ਗੱਲ ਆ ਤੂੰ ਉਹ ਦੱਸ। ਹੁਣ ਸਾਡੇ ਹੱਥ ਵਿੱਚ ਤਾਂ ਇਹਦਾ ਨੋਟ ਲਿਖ ਕੇ ਸੀ, ਉਹ ਨੀ ਕਰਦਾ। ਹੋ ਤਾਂ ਜਾਵੇ ਪਰ ਡੇਟ ਹੁਣ ਹੋਰ ਮਿਲਣੀ ਆ। ਹੋ ਤਾਂ ਜਾਵੇ ਪਰ ਡੇਟ ਹੋਰ ਮਿਲਣੀ ਆ। ਜਾਣਾ ਹੁਣ ਡੇਟ ਉਹੀ ਸਾਡੇ ਵੀ ਨਾ ਪਵੇ ਰਸਤੇ 'ਚ ਪੈ ਜਾਵੇ ਉੱਧਰ ਠੰਡਾ ਹੋ ਜਾਵੇ। ਵੀ ਕਿਸੇ ਦਾ ਹੋ ਜਾਂਦਾ ਰਿਜੈਕਟ ਯਾਰ? ਰਿਜੈਕਟ ਅੱਜ ਤੱਕ ਸੁਣਿਆ ਤਾਂ ਹੈ ਨੀ ਕਿ ਆਪਾਂ ਹੁਣ ਦੋ ਵਾਰ ਜਾਇਆ, ਪਹਿਲਾਂ ਵੀ 14 ਜਣੇ ਸਾਰਿਆਂ ਦੇ ਆ ਗਿਆ ਤਾ, ਦੂਜੀ ਵਾਰ ਅਸੀਂ 4 ਜਣੇ ਸਾਡੇ 4 ਦਾ ਆ ਗਿਆ ਤਾ। ਅੱਛਾ, ਵੀ ਜਾਣੀ ਆਸ ਹੁੰਦੀ ਹੈ ਇਹਨਾਂ ਦੀ, ਜਦ ਤੱਕ ਇਹ ਮੈਸੇਜ ਨਹੀਂ ਆਉਂਦਾ ਹੈਗਾ ਜਦ ਤੱਕ ਅਸੀਂ ਪੱਕਾ ਨਹੀਂ ਕਹਿ ਸਕਦੇ ਵੀ ਹਾਂ ਅਸੀਂ ਜਾਊਂਗੇ, ਇਹਦਾ ਹੀ ਪਤਾ ਲੱਗਦਾ। ਅੱਛਾ, ਹਾਂ ਵੀ ਜੀ ਤੂੰ ਮੈਸੇਜ ਆ ਗਿਆ। ਮੈਂ ਹੁਣ ਸਾਰਾ ਦੇਖ ਲਿਆ, ਦੁਬਾਰਾ ਦੁਬਾਰਾ ਦੇਖ ਲਿਆ, ਫਾਰਮ ਵੀ ਠੀਕ ਭਰ ਹੋਇਆ, ਸਭ ਕੁਛ ਠੀਕ ਆ। ਹੁਣ ਇਹ ਪਤਾ ਨਹੀਂ ਕਾਹਦੇ ਲੱਗੀ ਵੀ ਹੈਗੀ, ਉਹ ਦੱਸਦੇ ਵੀ ਨਹੀਂ ਹੈਗੇ। ਹੁਣ ਅਸੀਂ ਲਾਇਆ ਤਾਂ ਇੱਕ ਨੰਬਰ ਦਿੱਤਾ ਤਾ ਮੈਂ ਕਹਿੰਦੇ 4 ਕੱਖਰਾਂ ਦਾ, ਉਹਨੂੰ ਲਾਇਆ ਤਾਂ ਉਹਨੂੰ ਮਤਲਬ ਜਿਹੜਾ ਨੰਬਰ ਜਿਹੜਾ ਲਿਖ ਕੇ ਭੇਜਿਆ, ਹਾਂ ਉਹ ਕੋਡ ਜਿਹਾ ਦਿੱਤਾ ਵਾ। ਅੱਛਾ, ਵੀ ਆਹ ਨੰਬਰ ਹੁੰਦਾ ਜਿਹੜਾ ਆਪਣਾ, ਉਹ ਕਹਿੰਦੇ ਲੱਗ ਗਈ ਕੋਈ ਓਬਜੈਕਸ਼ਨ ਲੱਗਿਆ ਹੋਇਆ ਕੋਈ। ਅੱਛਾ, ਇਹ ਹੁਣ ਦੇਖ ਸਕਦੇ ਤੂੰ ਕਿਆ ਹੋ ਸਕਦਾ, ਹੁਣ ਕਾਹਦਾ ਲੱਗਿਆ ਸਕਦਾ ਫਿਰ। ਤੂੰ ਦੇਖ ਲਿਆ ਵੀ ਤੇਰੇ ਆਧਾਰ ਕਾਰਡ ਜਿਹੜਾ ਲੱਗਿਆ ਵਾ ਉਹਦੇ ਪਰ ਡੇਟ ਡੂਟ ਦਾ ਸਭ, ਮੈਂ ਕਿਹਾ ਹੁਣ ਦੇਖ ਕੇ ਆਇਆ ਮੈਂ। ਅੱਛਾ, ਸਾਰਾ ਕੁਝ ਸਹੀ। ਚੱਲ ਹੁਣ ਬਈ ਬਣੀ ਤਾਂ ਹੈ ਨਹੀਂ ਗੱਲ, ਬਈ ਬਿਮਾਰੀ ਦਾ ਤਾਂ ਪਤਾ ਲੱਗੇ, ਬਿਮਾਰੀਆਂ ਮੈਂ ਗਾਹਾਂ ਤੋਂ ਸੋਧ ਹੋ ਗਈ। ਹਾਂ, ਹੁਣ ਲੱਭਦੀ ਹੋਣੀ ਕੋਈ ਗਾਹਾਂ ਤੋਂ ਸੋਧ ਹੋਵੇ। ਚੱਲ ਹੁਣ ਮੈਂ ਕਹਿੰਦਾ ਮੈਂ ਮੇਲ ਮੂਲ ਭੇਜਦਾ ਪਤਾ ਨਹੀਂ ਕਿਆ ਚੈੱਕ ਕਰਦਾ। ਅੱਛਾ, ਮੈਂ ਕਿ ਨਹੀਂ ਭਰੇ ਹੋਏ ਨਾ। ਆਹੋ ਯਾਰ, ਇਹਨਾਂ ਨੂੰ ਰਿਕੁਐਸਟ ਵੀ ਪੈ ਸਕਦੀ ਹੈ। ਹਾਂ, ਇੱਕ ਦੋ ਵਾਰ ਹੁੰਦੀ ਆ, ਪਤਾ ਨਹੀਂ ਮੰਨ ਲੈਂਦੇ, ਫਿਰ ਦੇਖ ਲੈਂਦੇ ਆ। ਮੈਂ ਕਹਿੰਦਾ ਮੈਂ ਦੇ ਨਾਨਕੇ ਆ ਉਹ। ਅੱਛਾ, ਉਹ ਕਹਿੰਦਾ ਮੈਂ ਆ ਕੇ ਦੇਖਦਾ ਫਿਰ ਕਿਆ ਪ੍ਰੋਸੈਸ ਆ ਇਹ। ਠੀਕ ਹੈ, ਮੈਂ ਨਾ ਆਹੋ ਉਹਨਾਂ ਨੂੰ ਫਾਰਮ ਭੇਜੇ ਦੁਬਾਰੇ ਮੇਲ ਰਾਹੀਂ ਚਕਣਾ ਹੋਣਾ ਵੀ ਆਹ ਦੇਖੋ ਸਾਡਾ ਕਿਆ ਹੈ, ਸਾਨੂੰ ਦੱਸੋ ਕਾ ਤੇ ਯਾਰ। ਚਲ ਹੋਊਗੀ ਮਾੜੀ ਮੋਟੀ ਹੋਊਗੀ, ਇਹਦੇ ਪਰ ਕਿਹੜੇ ਵੀਜ਼ੋ ਲੱਗਣੀ ਮੂਰ। ਹਾਂ, ਇਹਦਾ ਕੋਈ ਉਹ ਨਹੀਂ ਤਾਂ, ਸਾਡਾ ਪਾਸਪੋਰਟ ਸਾਰਾ ਕੁਝ ਮਿਲਦਾ ਸਹੀ। ਠੀਕ ਹੈ, ਹਾਂ ਸਭ ਕੁਛ ਹੈ ਯਾਰ, ਮਦਦ ਹੈਗਾ ਮੈਂ। ਚੱਲ ਕੋਈ ਨਾ, ਜੇ ਨਾ ਹੋਇਆ ਉੱਥੇ ਬੰਦੇ ਸਾਡੇ, ਚੱਲ ਉੱਥੇ ਦੇਖ ਲੂੰਗਾ ਕਰਕੇ ਵੀ ਸਾਡੇ ਨਾਲ ਤੈਨੂੰ ਵੱਧ ਘੁਮਾਉਂਗੇ ਉੱਥੇ। ਹਾਂ, ਆ ਜੀ ਟਾਈਮ ਗੱਲ ਉੱਥੇ 4 ਵਜੇ ਨੂੰ ਅਸੀਂ ਮੁੜ ਆਉਣਾ, ਕਿਤੇ ਤੂੰ ਸ਼ਾਮ ਦੇ 6 ਵਜੇ ਆ ਉੱਥੇ। ਚੱਲ ਉਹ ਤਾਂ ਹੁਣ ਮੌਕਾ ਦੱਸੂ ਜੀ ਵਾਲੇ ਕਮਰੇ ਸੌਂ ਜਾਓ ਚੁੱਪ ਕਰਕੇ ਬਸ। ਨਹੀਂ ਨਹੀਂ, ਮੌਕਾ ਦੱਸੂ ਉਹਦਾ, ਮੌਕਾ ਆਓ ਫਿਰ। ਮੈਂ ਤੈਨੂੰ ਇਹ ਦੱਸਦਾ, ਹੁਣ ਅਸੀਂ ਉੱਥੇ 4 ਜਣੇ ਚੱਲੀ ਗਏ, ਮੈਂ ਗੱਗਾ ਮੰਮੀ ਡੈਡੀ, ਅਸੀਂ ਅੰਦਰ ਚਲੇ ਗਏ। ਮਲਕੀਤ ਬਾਈ ਵਾਲਾ ਹੈ ਨਹੀਂ ਦਾ, ਇਹ ਕਹਿੰਦਾ ਮੈਂ ਡੇਰਾ ਬਾਬਾ ਨਾਨਕ ਰੁਕ ਜੂਗਾ। ਉੱਥੇ ਜਦ ਪਹੁੰਚਣ ਲੱਗੇ ਅਸੀਂ, ਬਾਈ ਦਾ ਮੈਨੂੰ ਫੋਨ ਆ ਗਿਆ, ਕਹਿੰਦਾ ਮਲਕੀਤ ਬਾਈ ਨੂੰ ਮੈਂ ਲਿਜਾ ਸਕਦਾ ਘਰ ਨੂੰ, ਕਹਿੰਦਾ ਮੈਂ ਆਪਣੇ ਫਸਲ ਵਾੜੀ ਦਿਖਾ ਕੇ ਲਿਆਉਣੀ ਆ। ਮਹਾਂ ਲੇ ਜ਼ਰੂਰ ਜਾ, ਛੱਡਦੀ 2 ਵਜੇ, ਵੀ 2 ਵਜੇ ਤੱਕ ਤੈਨੂੰ ਸੰਭਾਲ ਦੇਣਾ ਹੈ। ਕਹਿੰਦਾ ਠੀਕ ਹੈ। ਉਹਨੇ ਬਾਈ ਕੁਛ ਘੁਮਾਇਆ, ਇਹ ਟਾਈਮ ਉਹਨਾਂ ਮਖੌਲ, ਕਹਿੰਦਾ ਮੈਨੂੰ ਪਹਿਲਾਂ ਤੁਸੀਂ ਇਹਨੂੰ ਕੋਰੀਡੋਰ ਦਾ ਉੱਥੇ ਜਾ ਕੇ ਦਿਖਾ ਲਿਆ, ਇਹ ਕਹਿੰਦਾ ਮੈਨੂੰ ਆਪਣੇ ਖੇਤਾਂ ਵਿੱਚ ਲੈ ਗਿਆ, ਖੇਤਾਂ ਵਿੱਚ ਤੇ ਕਹਿੰਦਾ 2 ਕਿੱਲਿਆਂ ਪਰੇ ਰਹਿ ਗਿਆ ਤਾ। ਅੱਛਾ, ਇੰਨੀ ਨੇੜੇ ਜਾ ਕੇ ਦਿਖਾ ਕੇ ਲਿਆ, ਕਹਿੰਦਾ ਆਪਣੇ ਖੇਤਾਂ ਵਿੱਚ ਜਾ ਕੇ। ਅੱਛਾ, ਫਿਰ ਘਰਾਂ ਘੁਰਾਂ ਘੁਮਾਇਆ, ਅਸੀਂ ਬਾਈ ਮੁੜ ਕੇ ਉੱਥੇ ਆ ਗਏ, ਦੇ ਫੋਨ ਬਾਈ ਨੂੰ, ਲੈ ਫੋਨ, ਆ ਗਏ ਜੀ, ਆ ਗਏ ਜਾ ਕੇ 1.5 ਘੰਟਾ ਇਹਦੀ ਵੇਟ ਕਰੀਏ ਤਾਂ ਇਹਨੂੰ ਛੱਡ ਕੇ ਗਏ। ਮਥੜ ਆਏ ਹੁਣ ਆਪਾਂ ਨੇ ਧਰਤੀ ਪਰ ਜਾ ਰਹਿਣਾ, ਤਾਰੇ ਆ ਵਿੱਚ, ਬਸ ਬਸ ਉਹ ਧਰਤੀ ਨੂੰ ਮਥਾ ਟੇਕ ਦੇਣਾ ਵੀ ਲੈ ਭਾਈ। ਜੇ ਤੂੰ ਉੱਥੇ ਨਾ ਦੂਰਬੀਨ ਕਾ ਨਹੀਂ ਦੇਖਦਾ ਤਾਂ ਵੀ ਤੈਨੂੰ ਦੇਖਣਾ ਆ ਵੀ ਗੁਰਦੁਆਰਾ ਸਾਹਿਬ ਉਹ ਹੈ। ਅੱਛਾ, ਯਾਨੀ ਦੂਰ ਦਿਖਦਾ, ਦਿਖਦਾ ਹੈਗਾ ਆਪਾਂ ਨੂੰ ਹੁਣ ਮਾਂਡਾਲਾ ਗੁਰਦੁਆਰਾ, ਉਹਦੇ 3 ਕਿਲੋਮੀਟਰ ਪੈ ਜਾਂਦਾ, ਦਿਖਦਾ ਆ ਜਾਂਦਾ ਨਹੀਂ ਹੁੰਦੇ, ਪੱਤੇ ਝੜੇ ਹੁੰਦੇ ਦਿਖਦਾ ਵਿੱਚ ਦੇਖ ਦਿੰਦਾ। ਉੱਥੇ ਦਾ ਤਰਾਕ ਤਾਂ ਇੰਨੇ ਹੈ ਨੀ, ਨਾਲੇ ਉੱਚੀ ਜਗ੍ਹਾ ਤੇ ਖੜ ਕੇ ਦਿਖਦਾ, 3 ਕਿਲੋਮੀਟਰ ਹੈ, ਬਹੁਤ ਨੀ ਹੈਗਾ, ਦੂਰ ਵੀਰ ਕਹਿੰਦਾ ਫਿਰ ਜਮਾ ਹੀ ਨੇੜੇ ਆ ਜਾਂਦਾ। ਅੱਛਾ,
ਚਲੋ ਹੋ ਜਾਣਾ, ਬਾਕੀ ਦੇਖੋਗੇ ਉੱਥੇ ਜੇ ਬੰਦਾ ਸ਼ਾਇਦ ਮਿਲ ਗਿਆ ਕੋਈ ਜਾਂ ਨਾਗ ਜ਼ਮੀਨ ਵਾਲਾ, ਤੈਨੂੰ ਉਧਰ ਨੂੰ ਘੁਮਾ ਲੈਣਾ ਮੈਂ। ਆਹੋ ਦੇਖਦੇ ਆ, ਮੌਸਮ ਸਹੀ ਰਹੇ ਜ਼ਿਆਦਾ ਗਰਮੀ 'ਚ ਫਿਰੂ ਵੀ। ਆਹੋ ਦੁਪਹਿਰ ਨੂੰ ਤਾਂ ਖਤਮ ਹੋ ਜਾਂਦਾ ਦਿਨ ਕਿ ਨਹੀਂ। ਚੱਲ ਦੇਖਦੇ ਆ ਫਿਰ, ਉੱਥੇ ਘੁੰਮ ਫਿਰ ਨਹੀਂ ਹੋਰ ਬੰਦੇ ਹੋਵੇ ਜੀ, ਦਿੱਲੀ ਵਾਲਾ ਟੱਕਰ ਗਿਆ ਫਿਰ ਤੈਨੂੰ ਉਹ ਦਿਖਾ ਦੂੰਗਾ ਫੇਰ ਹੀ ਆ। ਦਿੱਲੀ ਜਾਂ ਤਾਂ ਮਲੂਰੀ ਦਿਖਾ ਦੇਣਾ, ਦਿੱਲੀ ਤਾਂ ਪਹਿਲਾਂ ਹੀ ਘੁਰਿਆ ਫਿਰਦਾ। ਪਰ ਮੈਸੇਜ ਚੱਲੂ ਜੇ ਬੰਦੇ ਬਹੁਤ ਹੈ, ਪਤਾ ਨਹੀਂ ਕਿਆ ਚੱਕਰ ਹੈ। ਮੈਸੇਜ ਮਿੰਦਰ ਗੱਲ ਕਿਆ ਦੱਸਦਾ ਦੇ ਹੈ, ਉਹ ਤੇ ਦਖੋ ਨਾ ਇਹਦਾ, ਕਹਿੰਦਾ ਮੈਨੂੰ ਭੇਜੀ ਦੀ ਉਹ ਕਿਆ ਵੀ ਪ੍ਰਿੰਟ ਜਿਹਾ ਕਢਾ ਦੂੰਗਾ ਫਿਰ ਮੈਂ। ਅੱਛਾ ਉਹ ਮੈਕ ਨੂੰ ਭੇਜ ਦੋ, ਕਹੀਦਾ ਜਾਂਦਾ ਉਹ ਉਹਨੇ ਭੇਜ ਦੇ ਮੈਕ ਨੇ ਤਾਂ। ਹਾਂ ਅੱਛਾ, ਕਢਾਉਣਾ ਬਾਹਰ ਹੁਣ ਯਾਰ, ਇੱਕ ਗਰੁੱਪ ਜੇ ਵਿੱਚ ਨੇ ਉਤਰਾ ਦਿਨ ਮੈਸੇਜ ਛੱਡੀ ਜਾਂਦੇ, ਨਾ ਪਤਾ ਲੱਗਦਾ ਕਿਆ ਮੰਗਦੇ ਆ, ਨਾ ਪਤਾ ਲੱਗਦਾ ਵੀ ਜਿਹੜਾ ਫਾਰਮ ਆਇਆ ਉਹ ਕਢਾਉਣਾ ਇਹਨਾਂ ਨੇ, ਇਹਦਾ ਹੱਥ ਵਿੱਚ ਆਇਆ ਚੀਜ਼ ਦਾ ਪਤਾ ਲੱਗਣਾ, ਨਹੀਂ ਤਾਂ ਅਸੀਂ ਆਪਣਾ ਕਢਾ ਲੈਣਾ। ਮੈਂ ਕਹਿੰਦਾ ਮੈਨੂੰ ਆਪਣੇ ਲਿੰਕ ਭੇਜ ਦਿਓ, ਕਹਿੰਦਾ ਮੈਂ ਤੁਹਾਨੂੰ ਪ੍ਰਿੰਟ ਕੱਢ ਦੋ ਕਰ ਦਵਾਂ। ਇਹ ਚੀਜ਼ ਕਢਾਉਣੀ ਹੁਣ ਸਾਨੂੰ ਪਤਾ ਲੱਗੇ ਵੀ ਇਹ ਉਹਨੇ ਕਢਾਉਣੀ ਆ ਕਿ ਕੱਢਣੀ ਹੈ, ਕਿਆ ਸਾਨੂੰ ਕਹਿੰਦਾ ਮੈਂ ਕਢਵਾ ਕੇ ਰੰਗੀਨ ਕਹਿੰਦਾ ਆਪਣੀ ਆਪਣੀ ਕਢਾ PDF ਜਾਂ ਕਰਕੇ ਭੇਜ ਦੇਣਾ ਤੁਹਾਨੂੰ, ਆਪਣਾ ਰੰਗੀਨ ਪੇਜ ਕਢਾ ਲਓ ਬਸ, ਹੋਰ ਕਿਆ ਜਿਹਨੂੰ ਮਾੜਾ ਮੋਟਾ ਪਤਾ ਉਹ ਆਪੇ ਕਰ ਲੋ, ਜਿਹਨੂੰ ਨਹੀਂ ਪਤਾ ਉਹ ਠੀਕ ਨੀ ਪਤਾ ਕੀ ਨੂੰ ਬਸ। ਉਹ ਵੀ ਤਾਂ ਦੋ ਤਿੰਨ ਵਾਰ ਜਾਇਆ ਆ, ਉਹ ਜਾਇਆ ਉਹ ਵੀ ਥੋੜਾ ਧੱਕੇ ਗੱਲ ਚੱਲਦਾ ਹਲੇ ਸੋ ਸੋ ਹੀ ਜਾਂਦਾ, ਇਹਦਾ ਗੱਗਾ ਹੀ ਹੱਥ ਪਾਉਂਦਾ ਜਿਹੜੀ ਚੀਜ਼ ਹੋਈ ਜੀ ਆਪਾਂ ਇਹ ਤਾਂ। ਚੱਲ ਠੀਕ ਆ, ਹੈਲੋ ਲਓ ਜੀ, ਗੰਨਾ ਬੰਨਣ ਵਾਲੇ ਬੰਦਿਆਂ ਕੋਲ ਆਏ ਤੇ ਜੀ, ਦੇਖੋ ਆਹ ਬੰਨਿਆ ਕਾਲੇ ਦਾ ਗੰਨਾ ਇਹਨਾਂ ਨੇ ਸਵੇਰ ਦਾ, ਆਹ ਬੰਨਿਆ 1.5-2 ਕਿੱਲੇ ਜਿਹੜੇ ਹੈਗੇ ਆ, ਗਰਮੀ ਬਹੁਤ ਆ ਹਜੇ ਬਾਹਰ ਬੈਠੇ ਹਾਂ, ਬਾਕੀ 2-4 ਦਿਨ ਤੱਕ ਕਹਿੰਦੇ ਹਾਂ ਬਣਾ ਦਿੰਦੇ ਹਾਂ। ਬਾਕੀ ਆਹ ਬਾਈ ਆਪਣਾ ਮੂਢਾ ਇਹ ਦੇਖਦੇ ਹਾਂ, ਇਹਦੀਆਂ ਸਾਈਡਾਂ ਹੀ ਤਕੜੀਆਂ, ਵਿੱਚ ਥੋੜ੍ਹਾ ਜਿਹਾ ਮਾੜਾ ਏ, ਇਹਦੀ ਸਾਈਡਾਂ ਬਣਾ ਦੇਣੀਆਂ। ਇਹਦੀਆਂ ਸਾਈਡਾਂ ਬਣਾ ਦੇਣੀਆਂ, ਆ ਗਿਆ ਇਹਦੀ ਸਾਈਡਾਂ ਪੂਰੀਆਂ ਤਕੜੀਆਂ ਏ, ਇਹ ਬਣਾ ਦੇਣੀਆਂ। ਵਿੱਚ ਥੋੜ੍ਹਾ ਜਿਹਾ ਹੈ ਤਾਂ ਠੀਕ ਆ, ਪਰ ਇਹਦੇ ਨਾਲ ਥੋੜ੍ਹਾ ਜਿਹਾ ਹੌਲਾ, ਉਹ ਛੱਡ ਦੇਣਾ ਵਿੱਚ ਆਪਾਂ ਨੇ, ਅਗੀਤੀ ਬਾੜ ਇਹਨੂੰ ਲਾਉਂਗੇ। ਬਾਕੀ ਬੂਟੇ ਬਾਈ ਜਿਕਣਾ ਦਿਖਾਏ ਤੇ ਉਕਣਾ ਪਹਿਲਾਂ ਚੱਲੇ ਨਹੀਂ ਤੇ ਹੈ, ਹੁਣ ਵਧੀਆ ਚੱਲ ਪਏ, ਪਰ ਜੱਗੇ ਨਾਲ ਜ਼ਿਆਦਾ ਵਧੀਆ ਚੱਲੇ ਹੋਏ ਆ, ਆਹ ਪਤਾ ਨਹੀਂ ਸਾਈਡ ਸਾਰੀ ਵਧੀਆ ਚੱਲੇ ਹੋਏ ਆ, 109 ਆ ਇਹ, 110 ਆ ਹਾਈਟ, ਇਹਨਾਂ ਨੇ ਜੱਗੇ ਨਾਲ ਦੇ ਬਰਾਬਰ ਆ, ਪਰ ਉਹ ਥੋੜ੍ਹੀ ਜਿਹੀ ਸਾਈਜ਼ 'ਚ ਫਰਕ ਆ। ਬਾਕੀ ਉਹ 38 ਬਣਾਉਣਾ ਆਪਾਂ ਨੇ 3 ਬਿੱਘੇ, ਜਿਹੜਾ ਬੀਜਿਆ ਤਾਂ ਆਪਾਂ ਨੇ ਜਵੀ ਵਾਲੇ 'ਚ, ਅਤੇ ਉਹ 'ਚ ਥੋੜ੍ਹੀ ਜਿਹੀ ਵੇਲ ਆ, ਉਹ ਦੇਖਦੇ ਬਣਾ ਕੇ ਉਹ 'ਚ ਸਪਰੇ ਕਰਦੇ ਹਾਂ, ਤਾਂ ਉਹਦੀ ਗੱਲ ਬਣਨੀ ਆ। ਆ ਬਾਈ ਉਹ ਜਿੱਥੇ ਗੰਨਾ ਕੱਢਿਆ ਤਾਂ ਆਪਾਂ ਨੇ ਲੀਚ ਨੂੰ, ਇਹ ਥੋੜ੍ਹੀ ਜਿਹੀ ਹੌਲੀ ਆ, ਬਾਕੀ ਦੇਖਦੇ ਹਾਂ ਕਦ ਬੰਨਦੇ ਹਾਂ, 2-4 ਦਿਨ ਤੱਕ ਕਹਿੰਦੇ ਹਾਂ। ਬਾਕੀ